ਇੱਕ ਰੋਮਨ ਬਾਦਸ਼ਾਹ ਸੈਨੇਟ ਤੋਂ ਆਪਣੇ ਦੇਸ਼ ਦੇ ਲੋਕਾਂ ਵਿਰੁੱਧ ਇੱਕ ਕਾਨੂੰਨ ਪਾਸ ਕਰਵਾਉਣਾ ਚਾਹੁੰਦਾ ਸੀ ਅਤੇ ਇਸ ਕਾਨੂੰਨ ਨੂੰ ਸੈਨੇਟ ਵਿੱਚ ਪਾਸ ਕਰਵਾਉਣ ਲਈ ਉਹਨੂੰ ਕੇਵਲ ਇੱਕ ਹੋਰ ਵੋਟ ਦੀ ਲੋੜ ਸੀ। ਉਸ ਨੇ ਇੱਕ ਕਮਜ਼ੋਰ ਸਮਝੇ ਜਾਂਦੇ ਸੈਨੇਟਰ ਨੂੰ ਡਰਾਇਆ ਧਮਕਾਇਆ ਕਿ ਜੇ ਉਹਨੇ ਕਾਨੂੰਨ ਪਾਸ ਕਰਵਾਉਣ ਲਈ ਵੋਟ ਨਾ ਪਾਈ ਤਾਂ ਉਹਨੂੰ ਕਿਵੇਂ ਨਾ ਕਿਵੇਂ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਪਰ ਉਹ ਸੈਨੇਟਰ ਨੇ ਦੇਸ਼ ਦੇ ਹਿੱਤ ਨੂੰ ਸਾਹਮਣੇ ਰੱਖਦਿਆਂ ਬਾਦਸ਼ਾਹ ਨੂੰ ਕਿਹਾ, ਤੁਸੀਂ ਮੈਨੂੰ ਮੌਤ ਦੇ ਘਾਟ ਉਤਾਰਨ ਦਾ ਡਰਾਵਾ ਦਿੱਤਾ, ਮੈਂ ਤਾਂ ਉਂਝ ਵੀ ਕੁਝ ਸਾਲਾਂ 'ਚ ਮਰ ਜਾਣਾ, ਮੈਂ ਤਾਂ ਕਦੀ ਕਿਹਾ ਨਹੀਂ ਕਿ ਮੈਂ ਅਮਰ ਹਾਂ। ਜੋ ਮੈਨੂੰ ਠੀਕ ਲੱਗੇਗਾ ਮੈਂ ਉਹ ਕਰਾਂਗਾ, ਜੋ ਤੁਹਾਨੂੰ ਠੀਕ ਲੱਗੇ ਤੁਸੀਂ ਉਹ ਕਰਨਾ। ਤੁਹਾਡੀ ਤਲਵਾਰ ਮੇਰੇ ਸਰੀਰ 'ਤੇ ਹੀ ਚੱਲ ਸਕਦੀ ਹੈ, ਮੇਰੀ ਬੁੱਧੀ ਅਤੇ ਮੇਰੀ ਆਤਮਾ ਤੁਹਾਡੀ ਤਲਵਾਰ ਤੋਂ ਮੁਕਤ ਹਨ। ਮੈਂ ਤੁਹਾਡੇ ਹੱਥੋਂ ਮੌਤ ਕਾਰਨ ਪ੍ਰਸਿੱਧ ਹੋ ਜਾਵਾਂਗਾ, ਤੁਸੀਂ ਭੈੜੇ ਕਾਨੂੰਨ ਨੂੰ ਲਾਗੂ ਕਰਨ ਕਾਰਨ ਜਿਉਂਦੇ ਜੀ ਬਦਨਾਮ ਹੋ ਜਾਓਗੇ। ਧੰਨਵਾਦ।